ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਰ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੰਘੇ ਕੱਲ ਵੀ ਬਹੁਤ ਧੁੰਦ ਰਹੀ ਆ ਤੇ ਬੇਹਦ ਠੰਡ ਰਹੀ ਆ ਸੀਤ ਲਹਿਰ ਜ਼ੋਰ ਦੇ ਉੱਤੇ ਰਹੀ ਆ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਆ ਮੌਸਮ ਵਿਭਾਗਤਾ ਇਹ ਵੀ ਗੱਲ ਕਹਿੰਦਾ ਕਿ ਪੰਜਾਬ ਤੇ ਕੁਝ ਕੁ ਹੋਰ ਸੂਬਿਆਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਗੜੇ ਵੀ ਪੈ ਸਕਦੇ ਆ ਤੇ ਪਤਾ ਲੱਗਾ ਜੀ ਹਰਿਆਣੇ ਦੇ 10 ਤੋਂ ਲੈ ਕੇ 11 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈਗੀ ਆ ਬਾਕੀ ਮੀਂਹ ਪੈਂਦਾ ਕਿ ਨਹੀਂ ਪੈਂਦਾ ਸਮਾਂ ਦੱਸੂਗਾ ਜੇ ਪੈ ਜਾਂਦਾ ਕਿੰਨੀ ਕੁ ਠੰਡ ਵੱਧਦੀ ਆ ਕਿੰਨੀ ਘਟਦੀ ਆ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਠੰਡ ਇੰਨੀ ਕੁ ਹੋ ਗਈ ਆ ਵੀ ਲੋਕ ਕਈ ਵਾਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਲੈਂਦੇ ਆ ਤੇ ਜੋਖਮ ਦੇ ਵਿੱਚ ਪਾ ਲੈਂਦੇ ਆ ਕਮਰਿਆਂ ਦੇ ਵਿੱਚ ਅੰਗੀਠੀ ਬਾਲ ਕੇ ਤੇ ਹੀਟਰ ਬਾਲ ਕੇ ਕੁਝ ਕੁ ਸਾਲ ਪਹਿਲਾਂ ਦੀ ਗੱਲ ਆ ਆਪਾਂ ਖਬਰ ਸਾਹਿਬ ਜੀ ਕੀਤੀ ਸੀ ਇੱਥੇ ਖਬਰ ਦੀ ਖਬਰ ਦੇ ਵਿੱਚ ਹੀ ਕਿ ਉੱਥੇ ਰਾਤ ਦੇ ਵੇਲੇ ਲੋਹੜੇ ਦੀ ਠੰਡ ਦੇ ਕਰਕੇ ਤੇ ਇੱਕ ਟੱਬਰ ਕਮਰੇ ਦੇ ਵਿੱਚ ਹੀਟਰ ਬਾਲ ਕੇ ਸੌਂ ਗਿਆ ਸੀ ਵੀ ਚਲੋ ਨਿਘ ਰਹੂਗਾ ਤੇ ਫਿਰ ਰਜਾਈ ਦਾ ਪੱਲਾ ਉਹਦੇ ਤੇ ਡਿੱਗ ਪਿਆ ਸੀਗਾ ਤੇ ਬਾਅਦ ਦੇ ਵਿੱਚ ਰਜਾਈ ਨੂੰ ਅੱਗ ਪੈ ਗਈ ਤੇ ਟੱਬਰ ਨੇ ਕਈ ਜੀਵ ਵਿੱਚ ਢੁੱਲ ਸਗੇ ਸੀਗੇ ਇੱਕ ਤਾਂ ਭਾਈ ਇਸ ਗੱਲ ਤੋਂ ਬਚਾ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਹੀਟਰ ਕਮਰੇ ਦੇ ਵਿੱਚ ਸੌਣ ਲੱਗੇ ਬਾਲੂ ਨਾ ਤੇ ਜੇਕਰ ਬਾਲਣਾ ਪੈਂਦਾ ਤਾਂ ਆਪਦੀ ਪੌਂਚ ਤੋਂ ਦੂਰ ਰੱਖੋ ਵੀ ਜੇਕਰ ਕੋਈ ਪੱਲਾ ਡਿੱਗ ਪਿਆ ਜੇ ਕੋਈ ਚੀਜ਼ ਉਹਦੇ ਉੱਤੇ ਡਿੱਗ ਪਈਰ ਜਾਈ ਜਾਂ ਕੱਬਲ ਜਾਂ ਚੁੰਨੀ ਜਾਂ ਕੋਈ ਵੀ ਚੀਜ਼ ਉੱਤੇ ਡਿੱਗ ਪੈਂਦੀ ਆ ਤੇ ਭਾਈ ਅੱਗ ਨਾ ਲੱਗੇ ਇਸ ਕਰਕੇ ਦੂਰ ਰੱਖੋ ਆਪਦੀ ਪੌਂਚ ਤੋਂ ਦੂਰ ਰੱਖਣਾ ਚਾਹੀਦਾ ਦੂਰੀ ਦੇ ਉੱਤੇ ਹੀਟਰ ਲਾਉਣਾ ਚਾਹੀਦਾ ਦੂਜੀ ਗੱਲ ਇਹ ਆ ਕਿ ਰਾਤ ਦੇ ਵੇਲੇ ਅੰਗੀਠੀ ਤਾਂ ਬਿਲਕੁਲ ਨਾ ਬਾਲ ਕੇ ਸੋਵੋ ਕਿਉਂਕਿ ਜਦੋਂ ਅੰਗੀਠੀ ਅਸੀਂ ਬਾਲ ਕੇ ਤੇ ਚਾਰੇ ਪਾਸਿਓਂ ਬੂਹੇ ਬਾਰੀਆਂ ਬੰਦ ਕਰ ਲਏ ਨੇ ਵੀ ਕਮਰੇ 'ਚ ਨਿਗਰ ਹੂੰਗਾ ਤਾਂ ਇਹ ਕੋਲਿਆਂ ਦੇ ਵਿੱਚੋਂ ਕਾਰਬਨ ਮੋਨੋਆਕਸਾਈਡ ਆ ਜਿਹੜੀ ਉਹ ਪ ਉਹਦੇ ਕਰਕੇ ਸੁੱਤੇ ਪੈਣਾ ਦਮ ਘੁੱਟ ਜਾਂਦਾ ਹਵਾ ਦੀ ਕੋਈ ਕ੍ਰੋਸਿੰਗ ਦਾ ਸਾਧਨ ਨਹੀਂ ਹੁੰਦਾਗਾ ਇਸ ਕਰਕੇ ਸੁੱਤਾ ਪਿਆ ਬੰਦਾ ਜਿਹੜਾ ਉਹ ਬੇਹੋਸ਼ੀ ਦੇ ਵਿੱਚ ਚਲਾ ਜਾਂਦਾ ਤੇ ਬਾਅਦ ਦੇ ਵਿੱਚ ਮੌਤ ਹੋ ਜਾਂਦੀ ਹੈ ਦਮ ਘੁੱਟ ਜਾਂਦਾ ਤੇ ਬਿਲਕੁਲ ਇਹੋ ਜਿਹਾ ਕੋਈ ਜਲੰਧਰ ਦੇ ਮੁਹੱਲਾ ਗੋਬਿੰਦਗੜ ਦੇ ਵਿੱਚ ਹੋਇਆ ਇੱਥੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਆ ਜਿਹੜਾ ਕਿ ਇੱਥੇ ਦਿਹਾੜੀ ਦਾਪਾ ਕਰਦਾ ਹੈਗਾ ਕੰਮਕਾਜ ਕਰਦਾ ਰਾਤ ਨੂੰ ਸਾਰਾ ਟੱਬਰ ਅੰਗੀਠੀ ਬਾਲ ਕੇ ਸੌਂ ਗਿਆ ਤੇ ਫਿਰ ਔਰਤ ਦੀ ਮੌਤ ਹੋ ਗਈ ਆ ਦੋ ਬੱਚੇ ਤੇ ਉਸ ਔਰਤ ਦਾ ਪਤੀ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਹੈ ਹਰ ਸਾਲ ਇਹੋ ਜੀਆਂ ਖਬਰਾਂ ਹੁੰਦੀਆਂ ਦੁਖਦਾਈ ਖਬਰਾਂ ਹੁੰਦੀਆਂ ਇਹੋ ਜੀਆਂ ਖਬਰਾਂ ਨਾ ਆਉਣ ਆਓ ਆਪਾਂ ਸੁਚੇਤ ਹੋਈਏ ਕਿ ਭਾਈ ਈਵੇਂ ਮੌਤ ਵੀ ਹੋ ਸਕਦੀ ਹੈ ਕੱਲਾ ਨਿਗ ਨਹੀਂ ਜ਼ਿੰਦਗੀ ਵੀ ਹੱਥ ਦੇ ਵਿੱਚੋਂ ਖਿਸਕ ਸਕਦੀ ਹੈ ਸੋ ਇਸ ਕਰਕੇ ਆਓ ਥੋੜੇ ਜਿਹਾ ਆਪਾਂ ਇਸ ਪਾਸੇ ਨੂੰ ਵੀ ਸੋਚੀਏ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਰਾਮ ਮੰਦਰ ਦੇ ਉਦਘਾਟਨ ਨਾਲ ਸੰਬੰਧਤ ਹੈ ਰਾਮ ਮੰਦਰ ਦਾ ਬਹੁਤ ਸਾਰਾ ਸਤਿਕਾਰ ਸ਼੍ਰੀ ਰਾਮਚੰਦਰ ਜੀ ਦਾ ਬਹੁਤ ਸਾਰਾ ਸਤਿਕਾਰ ਬਹੁਤ ਸਾਰਾ ਅਦਬ ਤੇ ਬਹੁਤ ਸਾਰੀ ਆਸਥਾ ਜਿਹੜੇ-ਜਿਹੜੇ ਵੀ ਲੋਕਾਂ ਦੇ ਮਨਾਂ ਵਿੱਚ ਹੈਗੇ ਅਸੀਂ ਉਹਨਾਂ ਦੀ ਬਹੁਤ ਕਦਰ ਕਰਦੇ ਆ ਸਾਰੇ ਹੀ ਧਰਮ ਚੰਗੇ ਆ ਧਰਮ ਕੋਈ ਵੀ ਗਲਤ ਨਹੀਂ ਸਾਰੇ ਹੀ ਧਰਮਾਂ ਦਾ ਬਹੁਤ-ਬਹੁਤ ਸਤਿਕਾਰ ਕਰਨਾ ਬਣਦਾ ਤੇ ਕਿਸੇ ਵੀ ਧਰਮ ਦੇ ਉੱਤੇ ਕਿਸੇ ਨੂੰ ਕੋਈ ਨਜਾਇਜ਼ ਟਿੱਪਣੀ ਕਰਨ ਦਾ ਹੱਕ ਨਹੀਂ ਆ ਸੋ ਆਪਾਂ ਜਾਣਦੇ ਆ ਕਿ ਆਉਂਦੇ ਦਿਨਾਂ ਦੇ ਵਿੱਚ ਇਸੇ ਜਨਵਰੀ ਮਹੀਨੇ ਦੇ ਵਿੱਚ ਆਪਾਂ ਜਾਣਦੇ ਆ ਕਿ ਰਾਮ ਮੰਦਰ ਦਾ ਉਦਘਾਟਨ ਹੋਣਾ ਉਹਦੇ ਲਈ ਹੁਣੇ ਤੋਂ ਤਿਆਰੀਆਂ ਬਹੁਤ ਵੱਡੇ ਪੱਧਰ ਨੇ ਉੱਤੇ ਆ ਤੇ ਕੁਝ ਕੁ ਲੋਕਾਂ ਦੇ ਵੱਲੋਂ ਇਹਦੇ ਉੱਤੇ ਕਿੰਤੂ ਵੀ ਕੀਤੀ ਗਈ ਹੈ ਜਿਵੇਂ ਕਿ ਵੱਖ-ਵੱਖ ਧਰਮਗੁਰੂਆਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਭਾਈ ਇਹ ਕਿਵੇਂ ਹੋ ਸਕਦਾ ਕਿ ਸਾਧੂ ਸੰਤ ਮਹਾਤਮਾ ਪਿੱਛੇ ਖੜੇ ਹੋਣ ਤਾੜੀਆਂ ਮਾਰਨ ਵਾਸਤੇ ਤੇ ਰਾਜਨੀਤਿਕ ਲੋਕ ਮੂਰੇ ਉਦਘਾਟਨ ਕਰਨ ਦੇ ਹੁਣ ਅਸੀਂ ਨਹੀਂ ਇਸ ਸਮਾਗਮ ਵਿੱਚ ਆਉਣਾ ਹੁਣ ਕਾਂਗਰਸ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਹਾਲਾਂਕਿ ਕਾਂਗਰਸ ਦੀ ਇਹ ਟਿੱਪਣੀ ਨੂੰ ਮੈਂ ذاتی ਤੌਰ ਦੇ ਉੱਤੇ ਗਲਤ ਵੀ ਮੰਨਦਾ ਉਹਦਾ ਕਾਰਨ ਇਹ ਆ ਕਿ ਤੁਸੀਂ ਇਸ ਸਮਾਗਮ ਵਿੱਚ ਜਾਣਾ ਜਾਂ ਨਹੀਂ ਜਾਣਾ ਇਹ ਤੁਹਾਡੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਹੈ ਪਰ ਜਦੋਂ ਅਸੀਂ ਜਨਤਕ ਤੌਰ ਦੇ ਉੱਤੇ ਗੱਲ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਵੋਟਾਂ ਦੇ ਰੂਪ ਦੇ ਵਿੱਚ ਜਿਹੜੀ ਗੱਲ ਨੂੰ ਕਨਵਰਟ ਕਰ ਜਾਂਦੇ ਆ ਕਈ ਲੋਕ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਕਾਂਗਰਸ ਨੇ ਗੱਲ ਕਹੀ ਹੈ ਜੀ ਕਿ ਅਸੀਂ ਨਹੀਂ ਇੱਥੇ ਜਾਣਾ ਉਹਨਾਂ ਨੇ ਵੱਖੋ ਵੱਖਰੇ ਕਾਰਨ ਦੱਸੇ ਆ ਤੇ ਭਾਜਪਾ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਸ ਦਾ ਪਹਿਲਾਂ ਹੀ ਕਹਿੰਦੇ ਜੀ ਕਿ ਇਹ ਸ਼੍ਰੀ ਰਾਮਚੰਦਰ ਜੀ ਦੀ ਸੋਚ ਦੇ ਉਲਟਾ ਇਹ ਸ਼੍ਰੀ ਰਾਮਚੰਦਰ ਜੀ ਨੂੰ ਪਿਆਰ ਨਹੀਂ ਕਰਦੇ ਇਹਨਾਂ ਦੀ ਕੋਈ ਸਤਿਕਾਰਨੀ ਭਾਵਨਾ ਹੋਣੀਗੀ ਇਹ ਰਾਮ ਜੀ ਦਾ ਅਪਮਾਨ ਕਰਨ ਵਾਲੇ ਲੋਕ ਆ ਯਾਨੀ ਕਿ ਜਿਨ੍ਹਾਂ ਨੇ ਵਰਤਣਾ ਉਹਨਾਂ ਨੇ ਇਸ ਪ੍ਰਸੰਗ ਦੇ ਵਿੱਚ ਵੀ ਵਰਤ ਲੈਣਾ ਸੋ ਕਾਂਗਰਸ ਜਿਹੜੀ ਕਿ ਪਹਿਲਾਂ ਹੀ ਤੜਕੀ ਹੋਈ ਆ ਉਹ ਇਹੋ ਜਿਹਾ ਬਿਆਨ ਦੇ ਕੇ ਤੇ ਕਈ ਵਾਰ ਆਪਦੇ ਲਈ ਮੁਸੀਬਤ ਇਕ ਨਵੀਂ ਸਿਹੜ ਲੈਂਦੀ ਆ ਮੈਨੂੰ ਨਹੀਂ ਪਤਾ ਵੀ ਇਹਦਾ ਵੋਟਾਂ ਨੇ ਉੱਤੇ ਅਸਰ ਪਾਊਗਾ ਕਿ ਨਹੀਂ ਪਾਊਗਾ ਪਰ ਜੇਕਰ ਇਹ ਗੱਲ ਕਹੀ ਜਾਂਦੀ ਕਿ ਅਸੀਂ ਭਾਈ ਪਹਿਲਾਂ ਜਾਵਾਂਗੇ ਜਾਂ ਅਸੀਂ ਬਾਅਦ ਦੇ ਵਿੱਚ ਜਾਵਾਂਗੇ ਤੇ ਇਹ ਗੱਲ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਸੀ ਕਿ ਅਸੀਂ ਪਹਿਲਾਂ ਹੀ ਜਾ ਕੇ ਆਵਾਂਗੇ ਤੇ ਜਾਣ ਅੰਭੀ ਚਾਹੀਦਾ ਜਿਹਦੇ ਕੋਲੇ ਵੀ ਸਮਾਂ ਪਾਈ ਉਹਨੂੰ ਜ਼ਰੂਰ ਜਾਣਾ ਚਾਹੀਦਾ ਪਰ ਇਸ ਮਾਮਲੇ ਦੇ ਵਿੱਚ ਤਿਆਰੀਆਂ ਬਹੁਤ ਵੱਡੇ ਪੱਧਰ ਨੇ ਉੱਤੇ ਆ ਬੇਹੱਦ ਤਿਆਰੀਆਂ ਇਸ ਵੇਲੇ ਚੱਲ ਰਹੀਆਂ ਤੇ ਉੱਥੇ ਚਾਰੇ ਪਾਸੇ ਜਿਹੜਾ ਉਹ ਰਾਮ ਰੰਗ ਦੇ ਵਿੱਚ ਰੰਗੇ ਜਾਣ ਦੀ ਗੱਲ ਕੀਤੀ ਗਈ ਹੈ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸੱਜਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਅਯੁੱਧਿਆ ਦੇ ਵਿੱਚ 2 ਜਨਵਰੀ ਨੂੰ ਹੋਣ ਵਾਲੇ ਰਾਮ ਲੱਲਾ ਦੇ ਪ੍ਰਾਣ ਪ੍ਰティਸ਼ਠਾ ਸਮਾਗਮ ਦੇ ਵਿੱਚ ਜਾਣ ਤੋਂ ਕਾਂਗਰਸ ਨੇ ਇਨਕਾਰ ਕਰ ਦਿੱਤਾ ਸੋਨੀਆ ਗਾਂਧੀ ਮਲਕਾਰਜਨ ਖੜਗੇ ਅਦੀਰ ਰੰਜਨ ਚੌਧਰੀ ਸਮੇਤ ਕਾਂਗਰਸੀ ਨੇਤਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ ਕਾਂਗਰਸ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਜਪਾ ਨੇ ਰਾਜਨੀਤਿਕ ਲਾਭ ਵਾਸਤੇ ਤਿਆਰ ਕੀਤਾ ਕਾਂਗਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੈਟਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਨੇ ਰਾਮ ਮੰਦਰ ਦੇ ਉਦਘਾਟਨ ਦੇ ਵਿੱਚ ਨਾ ਜਾਣ ਦੇ ਫੈਸਲੇ ਦਾ ਕਾਰਨ ਦੱਸਿਆ ਕਾਂਗਰਸ ਨੇ ਲਿਖਿਆ ਕਿ ਧਰਮ ਨਿੱਜੀ ਮਾਮਲਾ ਹੈ ਪਰ ਭਾਜਪਾ ਤੇ ਆਰਐਸਐਸ ਨੇ ਮੰਦਰ ਦੇ ਉਦਘਾਟਨ ਪ੍ਰੋਗਰਾਮ ਨੂੰ ਆਪਣਾ ਈਵੈਂਟ ਬਣਾ ਦਿੱਤਾ ਇਸ ਫੈਸਲੇ ਦੇ ਉੱਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਲੋਕ ਹਮੇਸ਼ਾ ਹੀ ਰਾਮ ਜੀ ਦੀ ਵਿਚਾਰਧਾਰਾ ਦੇ ਉਲਟ ਰਹੇ ਨੇ ਤੇ ਕਈ ਮੌਕਿਆਂ ਦੇ ਉੱਤੇ ਭਗਵਾਨ ਰਾਮ ਦੀ ਹੋਂਦ ਨੂੰ ਨਕਾਰਿਆ ਵੀ ਇਹਨਾਂ ਨੇ ਜੇ ਉਹਨਾਂ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਸਮਾਗਮ ਨੂੰ ਬਾਈਕਾਟ ਕਰਨ ਦਾ ਫੈਸਲਾ ਲਿਆ ਤਾਂ ਦੇਸ਼ ਦੀ ਜਨਤਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਇਹਨਾਂ ਦਾ ਬਾਈਕਾਟ ਕਰੇਗੀ ਪਿਛਲੇ ਮਹੀਨੇ ਕਾਂਗਰਸ ਪ੍ਰੈਜ਼ੀਡੈਂਟ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਮਲਕਾਰਜਨ ਖੜਗੇ ਕਾਂਗਰਸੀ ਪਾਰਲੀਮੈਂਟਰੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਲੋਕ ਸਭਾ ਦੇ ਵਿੱਚ ਕਾਂਗਰਸੀ ਨੇਤਾ ਅਦੀਰ ਰੰਜਨ ਚੌਧਰੀ ਨੇ ਰਾਮ ਮੰਦਰ ਦੇ ਉਦਘਾਟਨ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ ਪਰ ਹੁਣ ਉਹਨਾਂ ਦੇ ਵੱਲੋਂ ਇੱਥੇ ਪਹੁੰਚਣ ਤੋਂ ਇਨਕਾਰ ਕਰ ਦਿੱਤਾ ਗਿਆ। ਸੋ ਦੇਖਦੇ ਆਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਸ ਵੇਲੇ ਲਗਾਤਾਰ ਇਸ ਮਾਮਲੇ ਉੱਤੇ ਰਾਜਨੀਤੀ ਵੀ ਹੋ ਰਹੀ ਹੈ। ਜਦੋਂ ਭਾਜਪਾ ਦੇ ਕੁਝ ਨੇਤਾ ਵੀ ਇਹ ਗੱਲ ਕਹਿੰਦੇ ਹੋਣ ਕਿ ਜੇਕਰ ਅੱਜ ਇਹ ਰਾਮ ਮੰਦਰ ਦੇ ਉਦਘਾਟਨ ਦੇ ਵਿੱਚ ਆਉਣ ਤੋਂ ਇਨਕਾਰ ਕਰ ਰਹੇ ਨੇ ਤਾਂ ਜਨਤਾ ਇਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਵੇਗੀ ਤਾਂ ਇਹ ਗੱਲ ਸਾਫ ਜੀ ਹੁੰਦੀ ਪ੍ਰਤੀਤ ਹੋ ਰਹੀ ਹੈ ਕਿ ਅੰਦਰ ਖਾਤੇ ਕਿਹੜੀਆਂ-ਕਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੇ ਗੱਲ ਤਾਂ ਸੀ ਕਹਾਂਗੇ ਇਹ ਗੱਲ ਸੱਚੀ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੀਵਿਆਂ ਦੀ ਬਹੁਤ ਵੱਡੇ ਪੱਧਰ ਤੇ ਮੰਗ ਵਧ ਗਈ ਆ ਕੱਲੇ ਜਲੰਧਰ ਖੇਤਰ ਦੀ ਗੱਲ ਕਰ ਗਏ ਲੱਖਾਂ ਦੀ ਗਿਣਤੀ ਦੇ ਵਿੱਚ ਦੀਵੇ ਦੀ ਮੰਗ ਤਾਂ ਇੱਥੇ ਹੈਗੀ ਆ ਤੇ ਜਿਹੜੇ ਇਸ ਕਾਰੋਬਾਰ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦਾ ਖੇੜਾ ਵੀ ਹੈਗਾ ਦੇਸੀ ਘੋੜੇ ਦੇ ਦੀਵੇ ਜਿਹੜੇ ਬਾਰੇ ਜਾਣੇ ਜਾਂ ਜਿਸ ਦਿਨ ਉਦਘਾਟਨੀ ਸਮਾਗਮ ਹੋਣਾ ਤੇ ਵੱਡੀ ਗੱਲ ਇਹ ਹੈ ਜੀ ਕਿ ਉੱਥੇ 25 ਲੱਖ ਤੋਂ ਵੱਧ ਲੋਕਾਂ ਦੇ ਅਯੁੱਧ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਦੇਸ਼ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਪਰ ਜਿਹੜੀ ਕਾਂਗਰਸ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਇਹਨਾਂ ਨੇ ਯਾਨੀ ਕਿ ਬੀਜੇਪੀ ਦੇ ਵੱਲੋਂ ਇਹ ਇੱਕ ਰਾਜਨੀਤਿਕ ਈਵੈਂਟ ਬਣਾ ਕੇ ਰੱਖ ਦਿੱਤਾ ਗਿਆ। ਇਹ ਵੈਸੇ ਮੈਨੂੰ ਗੱਲ ਨਿੱਜੀ ਤੌਰ ਦੇ ਉੱਤੇ ਉਨੀ ਗਲਤ ਨਹੀਂ ਲੱਗੀ ਪਰ ਗੱਲ ਇਹ ਹੈ ਕਿ ਜਦੋਂ ਮਾਮਲਾ ਧਰਮ ਦਾ ਜਦੋਂ ਮਾਮਲਾ ਆਸਥਾ ਦਾ ਤਾਂ ਫਿਰ ਇਹਦੇ ਅਰਥ ਵੱਖੋ ਵੱਖਰੇ ਵੀ ਕੱਢੇ ਜਾਂਦੇ ਆ। ਹਾਲਾਂਕਿ ਜਿਸ ਤਰੀਕੇ ਦੇ ਨਾਲ ਧਰਮ ਗੁਰੂਆਂ ਨੇ ਇਹ ਗੱਲ ਕਹੀ ਆ ਜਿਸ ਤਰੀਕੇ ਦੇ ਨਾਲ ਵੱਖ-ਵੱਖ ਧਰਮਾਂ ਦੇ ਮਹਾਤਮਾਵਾਂ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਤਾੜੀਆਂ ਮਾਰਨ ਵਾਸਤੇ ਨਹੀਂ ਅਸੀਂ ਤਾਂ ਭਾਈ ਇਹ ਸੋਚਦੇ ਸੀ ਕਿ ਭਾਈ ਇਹ ਸਾਡੇ ਤੋਂ ਬਿਨਾ ਜਾਂ ਸਾਡੇ ਵਰਗਾਂ ਤੋਂ ਬਿਨਾ ਇਹਦਾ ਉਦਘਾਟਨ ਨਹੀਂ ਹੋ ਸਕਦਾ ਪਰ ਇਹਨਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਇਹ ਆਪਣੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਰਾਜਨੀਤਿਕ ਲੋਕਾਂ के बीच ਇਹਦੀ ਸ਼ੁਰੂਆਤ ਕਰਨਗੇ ਉਦਘਾਟਨ ਕਰਨਗੇ ਸੋ ਇਹ ਉਹਨਾਂ ਦਾ ਆਪਣਾ ਇੱਕ ਵੱਖਰਾ ਪੱਖ ਹੈਗਾ ਪਰ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਭਾਰਤ ਦੇ ਵੱਖ-ਵੱਖ ਧਰਮ ਗੁਰੂਆਂ ਨੂੰ ਦੇ ਭਾਰਤ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਰਾਮ ਮੰਦਰ ٹرسٹ ਕਮੇਟੀ ਦੇ ਵੱਲੋਂ ਸੱਦਾ ਪੱਤਰ ਭੇਜੇ ਗਏ ਆ ਤੇ ਪੰਜਾਂ ਤਖਤਾਂ ਦੇ ਜਥੇਦਾਰ ਸਹਬਾਨ ਨੂੰ ਵੀ ਇਹ ਸੱਦਾ ਪੱਤਰ ਮਿਲ ਗਏ ਆ ਇਹ ਪਤਾ ਲੱਗਾ ਜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹਨਾਂ ਦੇ ਸਕੱਤਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਇਹ ਜਿਹੜਾ ਸੱਦਾ ਪੱਤਰ ਮਿਲ ਗਿਆ ਹੁਣ ਜਥੇਦਾਰ ਸਹਬਾਨ ਜਾਣਗੇ ਜਾਂ ਨਹੀਂ ਜਾਣਗੇ ਇਹ ਵਕਤ ਬਿਆਨ ਕਰੂਗਾ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਵੀ ਉਹਨਾਂ ਦੇ ਵੱਲੋਂ ਕੀ ਮਹੱਤਵਪੂਰਨ ਫੈਸਲਾ ਕੀਤਾ ਜਾਣਾ ਤੇ ਕੀ ਨਹੀਂ ਪਰ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਤਾਂ ਸਿਰਫ ਇੱਕ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਤਰੀਕਾ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਗੱਲ ਕਹਿੰਦੇ ਆ ਕਿ ਰਾਮ ਮੰਦਰ ਜੀ ਦਾ ਉਦਘਾਟਨਾ ਜਿਹੜਾ ਉਹ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਕਿਉਂ ਨਹੀਂ ਕੀਤਾ ਗਿਆ ਇੰਨੀ ਕਾਲੀ ਦੇ ਵਿੱਚ ਕਿਉਂ ਕੀਤਾ ਗਿਆ ਕਿਉਂ ਤਿਆਰੀ ਕੀਤੀ ਗਈ ਆ ਜਦੋਂ ਹਾਲੇ ਬਿਲਡਿੰਗ ਜਦੋਂ ਇਮਾਰਤ ਹਾਲੇ ਬਣ ਰਹੀ ਆ 100% ਦੀ ਮੁਕੰਮਲ ਨਹੀਂ ਹੋਈ ਤਾਂ ਇਨੀ ਕਾਲ ਕਿਹੜੀ ਗੱਲ ਦੀ ਆ ਕਿ ਭਾਈ ਇਸ਼ੇਤੀ ਸ਼ੇਤੀ ਉਦਘਾਟਨ ਕਰ ਲਈਏ ਸੋ ਇਹਦੇ ਪਿੱਛੇ ਵੱਖੋ ਵੱਖਰੇ ਸਿਆਸੀ ਕਾਰਨ ਵੀ ਦੱਸੇ ਜਾ ਰਹੇ ਆ ਅਸੀਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦੇ ਆ ਕਿ ਧਰਮ ਇੱਕ ਵੱਖਰਾ ਵਿਸ਼ਾ ਤੇ ਰਾਜਨੀਤੀ ਇੱਕ ਵੱਖਰਾ ਵਿਸ਼ਾ ਧਰਮ ਤੇ ਰਾਜਨੀਤੀ ਨੂੰ ਮਿਲਾ ਕੇ ਨਹੀਂ ਚੱਲਣਾ ਚਾਹੀਦਾ ਜਿਵੇਂ ਕਿ ਇਸ ਥਾਂ ਦੇ ਉੱਤੇ ਚੱਲ ਰਿਹਾ ਅਸੀਂ ਕਿਉਂਕਿ ਪੰਜਾਬੀ ਆ ਬੜੇ ਲੋਕ ਇਹ ਗੱਲ ਕਹਿੰਦੇ ਨੇ ਐ ਕਿ ਫਰਕ ਪੈਂਦਾ ਇਹ ਗੱਲ ਅੱਜ ਵੀ ਕਹਿਣੀ ਬਣਦੀ ਆ ਵੀ ਜਿਸ ਤਰੀਕੇ ਦੇ ਨਾਲ ਇੰਡੀਆ ਗੱਠ ਜੋੜ ਸਹੀ ਨਹੀਂ ਚੱਲ ਰਿਹਾ ਜਿਵੇਂ ਉਹਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਝੋਲ ਦੀ ਖਬਰ ਆਉਂਦੀ ਹੈ ਜਿਸ ਤਰੀਕੇ ਦੇ ਨਾਲ ਇੱਕ ਧਰਮ ਵਿਸ਼ੇਸ਼ ਨੂੰ ਨਾਲ ਜੋੜਿਆ ਗਿਆ ਤੇ ਜੋੜਿਆ ਜਾ ਰਿਹਾ ਉਸ ਤੋਂ ਬਾਅਦ ਇੰਡੀਆ ਗੱਠ ਜੋੜ ਦੇ ਪੈਰ ਹਾਲੇ ਤੱਕ ਲੱਗਦੇ ਪ੍ਰਤੀਤ ਨਹੀਂ ਹੋ ਰਹੇ ਭਾਜਪਾ ਤੇ ਉਹਦੀਆਂ ਹਮਖਿਆਲ ਪਾਰਟੀਆਂ ਦੇ ਮੁਰੇ ਕੱਲ ਨੂੰ ਕੋਈ ਨਵਾਂ ਚਮਤਕਾਰ ਹੋ ਜਾਏ ਕੁਝ ਕਹਿ ਨਹੀਂ ਸਕਦੇ ਕੁਝ ਕੇ ਇਸ ਵੇਲੇ ਵੱਖ-ਵੱਖ ਸੰਸਥਾਵਾਂ ਵੀ ਗੱਲ ਕਹਿ ਰਹੀਆਂ ਕਿ ਚੋਣਾਂ ਕਿ ਬੈਲਟ ਪੇਪਰ ਤੇ ਹੋਣੀਆਂ ਚਾਹੀਦੀਆਂ ਉਹ ਚੋਣਾਂ ਬੈਲਟ ਪੇਪਰ ਤੇ ਹੋਣੀਆਂ ਚਾਹੀਦੀਆਂ ਜੇਕਰ ਅਮਰੀਕਾ ਦੇ ਵਿੱਚ ਬੈਲਟ ਪੇਪਰ ਤੇ ਹੋ ਸਕਦੀਆਂ ਭਾਰਤ ਦੇ ਵਿੱਚ ਕਿਉਂ ਨਹੀਂ ਹੁੰਦੀਆਂ ਤੁਹਾਨੂੰ ਚੇਤੇ ਹੋਣਾ ਵੀ ਜਦੋਂ ਈਵੀਐਮ ਦੀ ਸ਼ੁਰੂਆਤ ਹੋਈ ਸੀ ਉਦੋਂ ਇਹ ਗੱਲ ਕਹੀ ਗਈ ਸੀ ਕਿ ਇੱਕ ਤਾਂ ਚੋਣਾਂ ਛੇਤੀ ਮੁਕੰਮਲ ਹੋ ਜਾਣਗੀਆਂ ਦੂਜਾ ਗਿਣਤੀ ਛੇਤੀ ਹੋ ਜਾਂਦੀ ਹੈ ਤੇ ਜੇਕਰ ਬੈਲਟ ਪੇਪਰ ਦੀ ਗਿਣਤੀ ਕਰਨ ਲੱਗਦੇ ਫਿਰ ਬਹੁਤ ਸਮਾਂ ਲੱਗ ਜਾਂਦਾ ਨਤੀਜਾ ਆਉਣ ਦੇ ਉੱਤੇ ਪਰ ਹੁਣ ਵੀ ਤਾਂ ਉਵੇਂ ਹੀ ਹੁੰਦਾ ਵੋਟਾਂ ਅੱਜ ਪੈ ਗਈਆਂ ਨਤੀਜੇ ਪਛੀੜ ਵੋਟਾਂ ਅੱਜ ਪਈਆਂ ਨਤੀਜੇ ਮਹੀਨੇ ਬਾਅਦ ਆਉਣਗੇ ਵੋਟਾਂ ਅੱਜ ਪਈਆਂ ਨਤੀਜੇ 15 ਦਿਨ ਬਾਅਦ ਆਉਣਗੇ ਤੇ ਜੇਕਰ ਉਹਨਾਂ ਸਮੇਂ ਬਾਅਦ ਦੀ ਗੈਰ ਪਾਕਿਆ ਪਸਾਰਾ ਕੁਝ ਕਰਨਾ ਤੇ ਫਿਰ ਬੈਲਟ ਪੇਪਰ ਦੇ ਉੱਤੇ ਕਿਉਂ ਨਹੀਂ ਸਵਾਲ ਇਹ ਆ ਹੁਣ ਇਹ ਵੀ ਪਤਾ ਲੱਗਾ ਕੁਝ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਚੋਣ ਕਮਿਸ਼ਨ ਤੱਕ ਅਸੀਂ ਪਹੁੰਚ ਕਰਾਂਗੇ ਪਰ ਇਹ ਗੱਲ ਸੱਚੀ ਆ ਭਾਵੇਂ ਵਿਰੋਧ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਪਰ ਇਹ ਚੋਣਾ ਬੈਲਟ ਪੇਪਰ ਦੇ ਉੱਤੇ ਲੋਕਸਭਾ ਦੀਆਂ ਐਤਕੀ ਨਹੀਂ ਹੋਣਗੀਆਂ ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਦੀ ਗੱਲ ਦਾ ਕੋਈ ਵਜੂਦ ਨਹੀਂ ਬਣ ਰਿਹਾ ਹਾਲਾਂਕਿ ਗੱਲ ਉਹ ਸਹੀ ਕਹਿ ਰਹੀਆਂ ਪਰ ਉਹਨਾਂ ਦੀ ਗੱਲ ਨੂੰ ਉਭਾਰ ਨਹੀਂ ਮਿਲ ਰਿਹਾ ਉਹਨਾਂ ਦੀ ਗੱਲ ਦੇ ਉੱਤੇ ਕੋਈ ਅਸਰ ਨਹੀਂ ਕੀਤਾ ਜਾ ਰਿਹਾ ਸੋ ਦੇਖਦੇ ਭਾਈ ਉਹਨੇ ਸਮੇਂ ਚ ਕੀ ਬਣਦਾ ਪਰ ਜੇਕਰ ਦੁਨੀਆ ਦੇ ਬੇਹੱਦ ਵਿਕਸਤ ਦੇਸ਼ਾਂ ਦੇ ਵਿੱਚ ਬੈਲਟ ਪੇਪਰ ਰਾਹੀਂ ਟੋਣਾ ਹੋ ਸਕਦੀਆਂ ਤੇ ਭਾਰਤ ਦੇ ਵਿੱਚ ਕਿਉਂ ਨਹੀਂ ਤੇ ਕਿਉਂਕਿ ਖਰਸ਼ਾ ਪ੍ਰਗਟਾਇਆ ਜਾ ਰਿਹਾ ਕਿ ਈਵੀਐਮ ਵਿੱਚ ਲੀਆਂ ਗੜਬੜੀਆਂ ਦੇ ਕਰਕੇ ਕਈ ਵਾਰ ਜਿੱਤੇ ਹੋਏ ਬਾਦੀ ਹਾਰ ਜਾਂਦੇ ਤੇ ਹਾਰੇ ਹੋਏ ਬਾਦੀ ਜਿੱਤ ਜਾਂਦੇ ਆ ਸੋ ਦੇਖੋ ਭਾਈ ਉਹਨੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਂਦੇ ਬੀਜਪੀ ਦੇ ਵੱਲੋਂ ਇੱਕ ਨਵੀਂ ਮੱਲ ਮਾਰ ਲਈ ਗਈ ਆ ਹਾਲਾਂਕਿ ਬੰਦਾ ਪਟਕੇ ਇੱਕ ਤੋਂ ਦੂਜੀ ਥਾਂ ਤੱਕ ਲੈ ਕੇ ਜਾਣਾ ਇਹ ਕੋਈ ਨਵੀਂ ਤੇ ਅਲੋਕਾਰੀ ਗੱਲ ਤਾਂ ਬਿਲਕੁਲ ਨਹੀਂ ਪਰ ਇਦਾਂ ਚੱਲਦਾ ਹੈ ਇਦਾਂ ਚੱਲਦਾ ਰਿਹਾ ਤੇ ਸ਼ਾਇਦ ਚੱਲੂਗਾ ਵੀ ਮੈਨੂੰ ਲੱਗਦਾ ਜੀ ਕੈਤ ਕੀ ਦੇ ਲੋਕਸਭਾ ਦੇ ਚੋੜਾ ਹੋਣੀਆਂ ਉਹ ਜਿਹੜੇ ਲੋਕ ਜਿਨ੍ਹਾਂ ਦੇ ਪਿੱਛੇ ਆਪਾਂ ਡਾਂਗੋ ਡਾਂਗੀ ਹੁੰਦੇ ਰਹੇ ਆ ਜਿਨ੍ਹਾਂ ਦੇ ਪਿੱਛੇ ਪਰਚੋ ਪਰਚੀ ਹੁੰਦੇ ਰਹੇ ਆ ਜਿਨ੍ਹਾਂ ਦੇ ਪਿੱਛੇ ਅਸੀਂ ਆਪਦੀ ਭਾਈਚਾਰਕ ਸਾਂਝ ਗਵਾਲੀ ਜਿਹਦੇ ਪਿੱਛੇ ਆਪਾਂ ਗਵੰਡੀਆਂ ਨਾਲ ਬਗੜ ਲਈ ਜਿਹਦੇ ਪਿੱਛੇ ਆਪਾਂ ਗਲੀ ਦੇ ਲੋਕਾਂ ਨੇ ਇੱਕ ਦੂਜੇ ਨਾਲ ਬੋਲਣਾ ਬੰਦ ਕਰਤਾ ਜਿੰਨਾ ਜਿੰਨਾਂ ਦੇ ਪਿੱਛੇ ਅਸੀਂ ਅਵਲੀਆਂ ਹਰਕਤਾਂ ਕੀਤੀਆਂ ਉਹਨਾਂ ਲੋਕਾਂ ਨੇ ਇੱਕ ਹੋ ਜਾਣਾ ਤੇ ਆਪਾਂ ਇੱਕ ਹੋਣਾ ਨਹੀਂ ਕਿਉਂਕਿ ਸਾਡੇ ਸੁਭਾਅ ਦੇ ਵਿੱਚ ਹੈ ਅਸੀਂ 10 ਬੰਦੇ ਕਿਤੇ ਇਕੱਠੇ ਬਹਿ ਜਗੇ ਤਾਂ 10 ਮਿੰਟਾਂ ਬਾਅਦ ਦੋ ਢੇ ਬਣ ਜਾਂਦੇ ਆ ਇਹ ਸਾਡੇ ਸੁਭਾਅ ਦੇ ਬਾਰੇ ਇਹ ਵੀ ਗੱਲ ਜਾਣਦੇ ਵੱਖ-ਵੱਖ ਪਾਰਟੀਆਂ ਦੇ ਨੇਤਾ ਕਿ ਪੰਜਾਬੀ ਬਹੁਤ ਅਗਰੈਸਿਵ ਆ ਪੰਜਾਬੀ ਬਹੁਤ ਤਤਕਦਮੀ ਚੱਲਦੇ ਆ ਇਹ ਫੱਟੇ ਚੱਕਦੇ ਤੁਰੇ ਜਾਂਦੇ ਆ ਪਰ ਹੌਲੀ-ਹੌਲੀ ਇਹ ਆਪਿਆਂ ਦੇ ਫੱਟੇ ਚੱਕਣ ਲੱਗ ਜਾਂਦੇ ਆ ਇਹ ਜਾਂਦੇ ਆ ਬਿਲਕੁਲ ਪੂਰੀ ਚੜਤ ਦੇ ਨਾਲ ਇਹ ਬਿਲਕੁਲ ਜੀ ਕਾਲੀ ਘਟਾ ਵਾਂਗੂ ਛਾ ਜਾਂਦੇ ਆ ਪਰ ਉਸ ਤੋਂ ਬਾਅਦ ਇਹ ਆਪਸ ਦੇ ਵਿੱਚ ਹੀ ਫਿੱਕ ਪੈ ਜਾਂਦੀ ਆ ਇਹ ਆਪਸ ਦੇ ਵਿੱਚ ਢੜੇ ਬੰਦੀ ਦੇ ਸ਼ਿਕਾਰ ਹੋ ਜਾਂਦੇ ਆ ਇਹ ਇੱਕ ਗਰੁੱਪ ਤੋਂ ਦੋ ਬਣ ਜਾਂਦੇ ਤੇ ਦੋ ਤੋਂ ਬਾਅਦ 15 ਕਿਲੋ ਬਣ ਗਏ ਇਹ ਪਤਾ ਵੀ ਨਹੀਂ ਲੱਗਦਾ ਜਾਣ ਵੇਲੇ ਇਕੱਠੇ ਹੁੰਦੇ ਆ ਆਉਣ ਵੇਲੇ ਇਕੱਠੇ ਨਹੀਂ ਹੁੰਦੇ ਇਹ ਰਾਜਨੀਤਿਕ ਲੋਕਾਂ ਦੇ ਮਨਾਂ ਦੇ ਵਿੱਚ ਇੱਕ رائے ਬਣੀ ਹੋਈ ਆ ਤੇ ਇਹ رائے ਗਲਤ ਵੀ ਨਹੀਂ ਆ ਅਸੀਂ ਸਮੇਂ-ਸਮੇਂ ਤੇ ਦੇਖਿਆ ਜਦੋਂ ਵੀ ਕੋਈ ਲਹਿਰ ਚੱਲੀ ਜਦੋਂ ਵੀ ਕੋਈ ਮਹਮ ਚੱਲੀ ਜਦੋਂ ਵੀ ਕੋਈ ਸਮਾਗਮ ਚੱਲਿਆ ਤੇ ਉਹਦੇ ਵਿੱਚ ਫੁੱਟ ਕੇਵੇਂ ਪੈਂਦੀ ਆ ਤੇ ਆਪਣੇ ਹੀ ਆਪਣਿਆਂ ਦੀਆਂ ਪੱਗਾਂ ਕਿਵੇਂ ਲਾਉਣ ਲੱਗ ਜਾਂਦੇ ਆ ਆਪਣੇ ਹੀ ਆਪਣਿਆਂ ਦੀਆਂ ਜੜਾਂ ਕਿਵੇਂ ਵੱਢਣ ਲੱਗ ਜਾਂਦੇ ਆ ਆਪਣੇ ਹੀ ਧੜੇ ਬੰਦਿਆਂ ਦੇ ਵਿੱਚ ਕਿਵੇਂ ਫਸ ਜਾਂਦੇ ਇਹਦੇ ਬਾਰੇ ਪਤਾ ਲੱਗ ਜਾਂਦਾ ਹੁਣ ਖਬਰ ਆਈ ਹੈ ਚੰਡੀਗੜ੍ਹ ਤੋਂ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਆ ਪਰ ਉਸ ਤੋਂ ਪਹਿਲਾਂ ਪਟਾਕਾ ਪੈ ਗਿਆ ਆਮ ਆਰਮੀ ਪਾਰਟੀ ਦਾ ਕਾਉਂਸਲਰ ਭਾਜਪੀ ਪਟਕੇ ਲੱਗੀ ਆ ਹੁਣ ਜੇ ਆਪਾਂ ਇਹ ਗੱਲ ਕਹੀਏ ਕਾਉਂਸਲਰ ਹੀ ਆ ਨਾ ਫਿਰ ਕੀ ਹੋ ਗਿਆ ਅਸਲ ਵਿੱਚ ਇਹ ਗੱਲ ਕੱਲੇ ਕੱਲੇ ਕਾਉਂਸਲਰ ਦੀ ਨਹੀਂ ਆ ਇਹ ਗੱਲ ਅੱਗੇ ਜਾ ਕੇ ਇੰਡੀਆ ਗਠਜੋੜ ਨਾਲ ਜਾ ਜੁੜਦੀ ਆ ਉਹਦਾ ਕਾਰਨ ਇਹ ਵੀ ਕੱਲੇ ਕੱਲੇ ਕਾਉਂਸਲਰ ਤੋਂ ਬਾਅਦ ਮੇਰ ਤੱਕ ਗੱਲ ਪਹੁੰਚੀ ਮਤਲਬ ਇਹ ਅਭੀ ਕੱਲੇ ਕੱਲੇ ਖੇਤਰ ਤੋਂ ਬਾਅਦ ਗੱਲ ਵਿਧਾਇਕ ਜਾਂ ਐਮਪੀ ਤੱਕ ਜਾ ਜੁੜਦੀ ਆ ਕੱਲੇ ਕੱਲੇ ਐਮਪੀ ਤੋਂ ਬਾਅਦ ਦੇਸ਼ ਦੀ ਸਰਕਾਰ ਤੱਕ ਜਾ ਜੁੜਦੀ ਆ ਕਾਉਂਸਲਰਾਂ ਨੇ ਇਕੱਠੇ ਹੋ ਕੇ ਐਮਪੀ ਬਣਾਉਣਾ ਤੇ ਐਮਪੀਾਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਚੁਣਨਾ ਸੋ ਇਸ ਕਰਕੇ ਗੱਲ ਇਹ ਆ ਵੀ ਇਹ ਭਾਜਪਾ ਦੇ ਵੱਲੋਂ ਕਾਉਂਸਲਰ ਦੀ ਵੈਕਟ ਡਿੱਗ ਲਈ ਗਈ ਆ ਆਮ ਆदमी ਪਾਰਟੀ ਦੇ ਕਾਉਂਸਲਰ ਦੀ ਤੇ ਆਮ ਆदमी ਪਾਰਟੀ ਨੂੰ ਕਮਜ਼ੋਰ ਸਾਬਤ ਕਰ ਦਿੱਤਾ ਆਮ ਆदमी ਪਾਰਟੀ ਇੰਡੀਆ ਗੱਠ ਜੋੜ ਦੀ ਹਿੱਸੇਦਾਰ ਆ ਇੰਡੀਆ ਗੱਠ ਜੋੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਕੜ ਢਿੱਲੀ ਹੀ ਰਵੇ ਤੇ ਇਹ ਲੱਗਦਾ ਜੀ ਲੈ ਇਹਨਾਂ ਦਾ ਕਾਉਂਸਲਰ ਵੀ ਨਹੀਂ ਟਿਕਿਆ ਇਹਨਾਂ ਦੇ ਨੋਟਾ ਦੇ ਬਟਨ ਤੋਂ ਇਹਨਾਂ ਨੂੰ ਘੱਟ ਵੋਟਾਂ ਪੈਣਗੀਆਂ ਇਹਨਾਂ ਦੇ ਪਿੱਠ ਪੱਲੇ ਕੀ ਆ ਇਹ ਪ੍ਰਭਾਵ ਸਿਰਜਿਆ ਜਾਵੇ ਤੇ ਖੇਤਰਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੋਣਾਂ ਜਿਹੜੇ ਉਹ ਭਾਜਪਾ ਆਪਣੇ ਕਾਬੂ ਦੇ ਵਿੱਚ ਰੱਖੇ ਇਹ ਉਹਨਾਂ ਦੀ ਇੱਕ ਕੋਸ਼ਿਸ਼ ਹੈਗੀ ਆ ਤੋ ਭਾਜਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਪੱਟ ਲਿਆ ਗਿਆ ਜਨਾਬ ਬਿੱਲੂ ਸਾਹਿਬ ਨੇ ਜਿਹੜੇ ਉਹ ਕਹਿੰਦੇ ਜੀ ਕਿ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਤੇ ਕਮਲ ਦੇ ਫੁੱਲ ਨਾਲ ਜੁੜ ਗਏ ਆ ਤੇ ਉਹ ਆਉਂਦੇ ਸਮੇਂ ਦੇ ਵਿੱਚ ਕੀ ਚਮਤਕਾਰ ਦਿਖਾਉਣਗੇ ਵਕਤ ਦੱਸੂਗਾ ਪਰ ਉਹ ਕਿਉਂ ਗਏ ਆ ਹੁਣ ਸਵਾਲ ਇਹ ਆ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਲੈ ਗਏ ਸਵਾਲ ਇਹ ਆ ਉਹਨਾਂ ਨੂੰ ਕਿਹੜੇ ਲਾਲਚ ਤੇ ਲੈ ਕੇ ਗਏ ਇਹ ਵੀ ਸਵਾਲ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਵਾਸਤੇ ਚੋਣਾਂ 18 ਜਨਵਰੀ ਨੂੰ ਹੋਣੀਆਂ ਨੇ ਇਹਦੇ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੁਣਨ ਦੇ ਲਈ 11 ਵਜੇ VOTING ਸ਼ੁਰੂ ਹੋਵੇਗੀ ਇਹਦੇ ਵਾਸਤੇ 13 ਜਨਵਰੀ ਤੱਕ ਸਵੇਰੇ 11 ਤੋਂ ਲੈ ਕੇ 5 ਵਜੇ ਤੱਕ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਮੇਅਰ ਚੋਣ ਤੋਂ ਪਹਿਲਾਂ ਸਿਆਸੀ ਉਲਟਫੇਰ ਹੋ ਗਿਆ ਕੌਂਸਲਰ ਲਖਬੀਰ ਸਿੰਘ ਬਿੱਲੂ ਆਮ ਆदमी ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਉਹ ਨਗਰ ਨਿਗਮ ਦੇ ਵਾਰਡ ਨੰਬਰ 31 ਤੋਂ ਕੌਂਸਲਰ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਜਿਤੇਂਦਰ ਪਾਲ ਮਲੋਤਰਾ ਸੰਸਦ ਮੈਂਬਰ ਕਿਰਨ ਖੇਰ ਤੇ ਸਾਬਕਾ ਪ੍ਰਧਾਨ ਸੰਜੇ ਟੰਡਨ ਦੀ ਮੌਜੂਦਗੀ ਦੇ ਵਿੱਚ ਬਿੱਲੂ ਨੇ ਭਾਜਪਾ ਦਾ ਪੱਲਾ ਫੜਿਆ ਇੱਥੇ ਵੀ ਦਸਰਾ ਮੰਨਦਾ ਹੈ ਕਿ ਆਮ ਆदमी ਪਾਰਟੀ ਦੇ ਕੋਲ 12 ਤੇ ਕਾਂਗਰਸ ਦੇ ਕੋਲ 7 ਵੋਟਾਂ ਨੇ ਸੋ ਕੋਈ ਦਿਨਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਬੀਜੇਪੀ ਦਾ ਮੇਅਰ ਬਣਨ ਦੀ ਪੂਰੀ ਸੰਭਾਵਨਾ ਬਣ ਗਈ ਹੈ ਵਰਤਮਾਨ ਸਮੇਂ ਦੇ ਵਿੱਚ ਬੀਜੇਪੀ ਤੋਂ ਅਨੂਪ ਗੁਪਤਾ ਮੇਅਰ ਨਹੀਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਰੋਧੀ ਦਲਾਂ ਦੇ ਇੰਡੀਆ ਗਠਜੋੜ ਦਾ ਹਿੱਸਾ ਨਹੀਂ ਪਰ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੇ ਵਿੱਚ ਇਹ ਸਾਰਾ ਕੁਝ ਇਸ ਵੇਲੇ ਉਲਟ ਫੇਰ ਦੇ ਰੂਪ ਵਿੱਚ ਨਜ਼ਰ ਆ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਅਸਲ ਦੇ ਵਿੱਚ ਇੱਕ ਕੌਂਸਲਰ ਦੀ ਕਹਾਣੀ ਨਹੀਂ ਆ ਇਹ ਅਸਲ ਦੇ ਵਿੱਚ ਮੇਅਰ ਦੀ ਕਹਾਣੀ ਆ ਮੇਅਰ ਜਿਹੜੀ ਵੀ ਸਿਟੀ ਦੇ ਵਿੱਚ ਜਿਹੜੇ ਵੀ ਸ਼ਹਿਰ ਦੇ ਵਿੱਚ ਹੋ ਖਾਸ ਕਰਕੇ ਸਿਟੀ ਬਿਊਟੀਫੁਲ ਜਿਹਨੂੰ ਸੀ ਚੰਡੀਗੜ੍ਹ ਕਹਿੰਦੇ ਆ ਹਾਲਾਂਕਿ ਸਾਡੀ ਨਜ਼ਰ ਦੇ ਵਿੱਚੋਂ ਪੱਥਰਾਂ ਦਾ ਸ਼ਹਿਰ ਆ ਪਰ ਗੱਲ ਇਹ ਵੀ ਚੰਡੀਗੜ੍ਹ ਦੇ ਨਾਲ ਲੋਕਾਂ ਦੀ ਇਸ ਵੇਲੇ ਲਗਾ ਦੀ ਕਹਾਣੀ ਵੀ ਬੜੀ ਆ ਚੰਡੀਗੜ੍ਹ ਦੇ ਵਿੱਚ ਲੋਕ ਜਾ ਕੇ ਵਸਦੇ ਆ ਚੰਡੀਗੜ੍ਹ ਸਾਡੀ ਰਾਜਧਾਨੀ ਵੀ ਆ ਸੋ ਉੱਥੇ ਜਿਹੜੀ ਪਾਰਟੀ ਦਾ ਮੇਅਰ ਹੋਊਗਾ ਤੇ ਉਸ ਪਾਰਟੀ ਦੀ ਚੜ੍ਹਤ ਵੱਧ ਮੰਨੀ ਜਾਊਗੀ ਜਿਹੜੀ ਪਾਰਟੀ ਦਾ ਮੇਅਰ ਹੋਊਗਾ ਉੱਥੇ ਲੋਕ ਸਭਾ ਦੀ ਚੋਣ ਜਿੱਤਣ ਦੀ ਸੰਭਾਵਨਾਵਾਂ ਆਪਨਾਂ ਵੱਲ ਵਧ ਜਾਣੀਆਂ ਕਿਉਂਕਿ ਕਾਉਂਸਲਰਾਂ ਨੇ ਮੇਅਰ ਚੁਣਨਾ ਤੇ ਮੇਅਰ ਨੇ ਹੱਥ ਦੇ ਵਿੱਚ ਤਾਕਤਾਂ ਬਹੁਤਾਂ ਚੰਡੀਗੜ੍ਹ ਦੇ ਵਿੱਚ ਸੋ ਇੱਕ ਸੀਟ ਕੱਢਣ ਦੇ ਲਈ ਵੀ ਇਹ ਅਗਾਊਂ ਪ੍ਰਬੰਧ ਕੀਤਾ ਗਿਆ ਤੇ ਬਾਕੀ ਸਮਾਂ ਦੱਸੂਗਾ ਵੀ ਭਾਈ ਕੌਣ ਕੀ ਕਰਦਾ ਪਰ ਕਾਉਂਸਲਰ ਦੇ ਪੱਦਰ ਨੇ ਉੱਤੇ ਪੰਚਾਇਤੀ ਪੱਦਰ ਨੇ ਉੱਤੇ ਨਗਰ ਨਿਗਮ ਦੇ ਪੱਦਰ ਨੇ ਉੱਤੇ ਵੀ ਅੱਜਕੱਲ੍ਹ ਓਵੇਂ ਹੀ ਜੋੜ ਤੋੜ ਹੁੰਦੇ ਆ ਜਿਵੇਂ ਕਿ ਵਿਧਾਇਕ ਤੇ ਰਾਜ ਸਭਾ ਦੀ ਚੋਣ ਦੇ ਵੇਲੇ ਤੇ ਲੋਕ ਸਭਾ ਦੀ ਚੋਣ ਦੇ ਵੇਲੇ ਸਭ ਕੁਝ ਹੁੰਦਾ ਸੋ ਵੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੇ ਵੱਲੋਂ ਜਿਹੜੀ ਇਹ ਬਾਜ਼ੀ ਪਲਟੀ ਗਈ ਆ ਇਹਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਪਰ ਮੈਂ ਫੇਰ ਹੀ ਬੇਨਤੀ ਕਰਦਾ ਵੀ ਜੇਕਰ ਅੱਜ ਬਿੱਲੂ ਹੋਰੀ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਜਾ ਸਕਦੇ ਆ ਯਾਨੀ ਕਿ ਜਿਹੜੇ ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਆਪ ਵਾਲੇ ਹੋਣ ਕਰਕੇ ਵੋਟਾਂ ਪਾਈਆਂ ਸੀ ਉਹ ਅੱਜ ਭੁਚੱਕੇ ਜੇ ਜ਼ਰੂਰ ਰਹੇਗੇ ਹੋਣੇ ਆ ਉਹ ਸੋਚਦੇ ਹੋਣੇ ਵੀ ਪਾਈ ਇਹਦੇ ਨਾਲ ਤਾਂ ਅਸੀਂ ਬੀਜੇਪੀ ਦੇ ਬੰਦੇ ਨੂੰ ਵੋਟਾਂ ਪਾ ਦਿੰਦੇ ਉਦੋਂ ਪਰ ਗੱਲ ਇਹ ਆ ਕਿ ਉਦੋਂ ਇਹ ਚੁਣੇ ਬਿਲਕੁਲ ਦੇਖੋ ਲੋਕ ਕਿਵੇਂ ਪਾਸਾ ਪਲਟਦੇ ਤੇ ਕਈ ਵਾਰੀ ਲੋਕਾਂ ਦੀ ਸੋਚ ਪਲਟ ਦਿੱਤੀ ਜਾਂਦੀ ਆ ਇੱਥੇ ਜਨਾਬ ਨੇ ਪਾਸਾ ਪਲਟ ਲਿਆ ਤੇ ਉਧਰ ਰਾਜਸਥਾਨ ਦੇ ਵਿੱਚ ਸ਼੍ਰੀ ਕਰਨਪੁਰ ਸੀਟ ਦੇ ਉੱਤੇ ਤੇ ਲੋਕਾਂ ਨੇ ਪਾਸਾ ਪਲਟਤਾ ਸਰਕਾਰ ਬੀਜੇਪੀ ਦੀ ਆ ਉਮੀਦਵਾਰ ਕਾਂਗਰਸ ਦਾ ਜਿੱਤ ਗਿਆ ਹਰਾਇਆ ਉਹਨੂੰ 0 ਕੋਲੇ 4ਵੇਂ ਕਿਵੇਂ ਬਣਾ ਦਿੱਤੇ ਤੋਂ ਸੋ ਇਹ ਆ ਜੀ ਲੋਕ ਵੀ ਬਹੁਤ ਕੁਝ ਕਰਦੇ ਤੇ ਰਾਜਨੀਤਿਕ ਲੋਕ ਉਸ ਤੋਂ ਵੀ ਵੱਧ ਕੁਝ ਕਰਦੇ ਆ ਸੋ ਸੁਜਾਗ ਰਹੇਗੇ ਲੋਕ ਸਭਾ ਦੀਆਂ ਚੋਣਾਂ ਹਲੇ ਕੁਝ ਮਹੀਨਾ ਬਾਅਦ ਆ ਬਾਅਦ ਦੇ ਵਿੱਚ ਗੋਡਿਆਂ ਦੇ ਵਿੱਚ ਸਿਰ ਦੇ ਦੇ ਕੇ ਅਥਰੂ ਵਹਾਉਣ ਦੇ ਨਾਲੋਂ ਕਿ ਸਾਡਾ ਬੰਦਾ ਨਹੀਂ ਸਹੀ ਚੁਣਿਆ ਗਿਆ ਜੇ ਅਸੀਂ ਫਲਾਣਾ ਚੁਣ ਲੈਂਦੇ ਤਾਂ ਐ ਹੋ ਜਾਂਦਾ ਐਦਾਂ ਕਰ ਲੈਂਦੇ ਤਾਂ ਇਉਂ ਹੋ ਜਾਂਦਾ ਫਿਰ ਜੇ ਹੱਥ ਦੇ ਵਿੱਚ ਨਹੀਂ ਆਉਂਦੀ ਦਿਮਾਗ ਦੇ ਮੂਹੇ ਖੁੱਲੇ ਰੱਖੋ ਚੰਗੇ ਨੂੰ ਚੁਣੋ ਪਹਿਲਾਂ ਪਰਖ ਕਰ ਲੋ ਵੀ ਕੌਣ ਚੰਗਾ ਤੇ ਕੌਣ ਗਲਤ ਅਗਲੀ ਜਾਣਕਾਰੀ ਦੋਸਤੋ ਇਹ ਆ ਕਿ ਅਮਨ अरोड़ा ਜਿਹੜੇ ਕਿ ਆਪਾਂ ਜਾਣਦੇ ਕਿ ਪੰਜਾਬ ਕੈਬਨਿਟ ਦੇ ਮੰਤਰੀ ਨੇ ਤੇ ਉਹਨਾਂ ਨੂੰ ਆਪਾਂ ਜਾਣਦੇ ਕਿ ਪਰਿਵਾਰਕ ਕਲੇਸ਼ ਦੇ ਕਰਕੇ ਤੇ سزا ਹੋਈ ਸੀਗੀ 2 ਸਾਲ ਦੀ ਮਾਨਯੋਗ ਸੁਬਨਾਮ ਦੀ ਅਦਾਲਤ ਨੇ ਸਜ਼ਾ ਸੁਣਾਈ ਸੀ ਉਹਨਾਂ ਦੇ ਵੱਲੋਂ ਇਹ ਸਜ਼ਾ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਸੈਸ਼ਨ ਕੋਰਟ ਦੇ ਵਿੱਚ ਚੜਾਉਤੀ ਦਿੱਤੀ ਗਈ ਹੈ ਤੇ ਇਹਦੇ ਉੱਤੇ ਸੁਣਵਾਈ ਹੈ ਜਿਹੜੀ ਉਹ ਹੋਊਗੀ ਹੁਣ 15 ਜਨਵਰੀ ਨੂੰ ਅਮਨ ਅਰੋੜਾ ਦੇ ਉੱਤੇ ਲਗਾਤਾਰ ਦਬਾਅ ਬਣ ਰਿਹਾ ਕਿ ਉਹ ਪਾਈ ਵਿਧਾਨ ਸਭਾ ਦੀ ਮੈਂਬਰੀ ਛੱਡਣ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਰਾਜਪਾਲ ਸਾਹਿਬ ਨੇ ਜਿਹੜੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਭਾਈ ਤੁਸੀਂ ਸੁਪਰੀਮ ਕੋਰਟ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ ਉਹਨਾਂ ਦੇ ਫੈਸਲੇ ਦਾ ਅਪਮਾਨ ਕਰ ਰਹੇ ਹੋ ਜਦੋਂ ਇਹਨਾਂ ਨੂੰ 2 ਸਾਲ ਦੀ ਸਜ਼ਾ ਹੋਣ ਦੇ ਕਰਕੇ ਵਿਧਾਨ ਸਭਾ ਦੀ ਮੈਂਬਰੀ ਛੱਡਣ ਵਾਸਤੇ ਕਿਹਾ ਜਾਣਾ ਚਾਹੀਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਤਿਰੰਗਾ ਲਹਿਰਾਉਣਗੇ ਅਮਰਸਰ ਦੇ ਵਿੱਚ ਜਾ ਕੇ 26 ਜਨਵਰੀ ਦੇ ਮੌਕੇ ਸੋ ਨਿਜਬ ਵੀ ਇਹ ਕਹਿੰਦੇ ਆ ਕਿ ਜੇਕਰ ਕਿਸੇ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਭਾਵੇਂ ਲੋਕ ਸਭਾ ਦਾ ਮੈਂਬਰ ਆ ਭਾਵੇਂ ਵਿਧਾਨ ਸਭਾ ਦਾ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਜਿੰਨੀ ਦੇਰ ਤੱਕ ਉਹਦੀ ਸਜ਼ਾ ਰੱਦ ਨਹੀਂ ਹੁੰਦੀ ਜਾਂ ਉਹਦੀ ਸਜ਼ਾ ਦੇ ਉੱਤੇ ਰੋਕਣੀ ਲੱਗਦੀ ਉਹਨੀ ਦੇਰ ਤੱਕ ਉਹਦੀ ਮੈਂਬਰੀ ਰੱਦ ਕਰ ਦਿੱਤੀ ਜਾਂਦੀ ਆ ਜਿਵੇਂ ਕਿ ਰਾਹੁਲ ਗਾਂਧੀ ਦੀ ਪਿੱਛੇ ਜੇ ਹੋਈ ਸੀਗੀ ਮਾਨਹਾਨੀ ਦੇ ਮਾਮਲੇ 'ਚ ਸੋ ਇਸ ਮਾਮਲੇ ਦੇ ਵਿੱਚ ਹੁਣ ਕੀ 15 ਜਨਵਰੀ ਨੂੰ ਅਮਨ ਅਰੋੜਾ ਨੂੰ ਰਾਹਤ ਮਿਲੂਗੀ ਜਾਂ ਉਹਨਾਂ ਦੀ ਸਜ਼ਾ ਬਰਕਰਾਰ ਰਹੂਗੀ ਵਕਤ ਦੱਸੂਗਾ ਇਹ ਪਤਾ ਲੱਗੂਗਾ ਜੀ ਕਿ ਸਜ਼ਾ ਦੇ ਉੱਤੇ ਰੋਕ ਲੱਗਦੀ ਜਾਂ ਸਜ਼ਾ ਰੱਦ ਹੁੰਦੀ ਹੈ ਪਰ ਇਹ ਮਾਮਲਾ ਬੜਾ ਗੰਭੀਰ ਵੀ ਹੈ ਤੇ ਬੜਾ ਵੱਡਾ ਵੀ ਆ ਜੇ ਮੰਨ ਲਓ ਸੈਸ਼ਨ ਕੋਰਟ ਦੇ ਵੱਲੋਂ ਉਹਨਾਂ ਦੀ ਸਜ਼ਾ ਦੇ ਉੱਤੇ ਰੋਕ ਨਹੀਂ ਲੱਗਦੀ ਜਾਂ ਸਜ਼ਾ ਰੱਦ ਨਹੀਂ ਹੁੰਦੀ ਉਸ ਦਿਨ ਜੇਕਰ ਸੁਣਵਾਈ ਦੇ ਵਿੱਚ ਕੋਈ ਪੋਜ਼ਿਟਿਵ ਫੈਸਲਾ ਅਮਨ ਅਰੋੜਾ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤਾਂ ਇਸ ਗੱਲ ਦੀ ਸੰਭਾਵਨਾ ਲਗਭਗ ਪੱਕੀ ਹੋ ਕਿ ਭਾਈ ਵਕਤੀ ਤੌਰ ਨੇ ਉੱਤੇ ਹੀ ਸਹੀ ਪਰ ਉਹਨਾਂ ਨੂੰ ਮੈਮਰੀ ਛੜਨੀ ਪਊਗੀ ਜਾਂ ਮੈਮਰੀ ਛੜਵਾ ਦਿੱਤੀ ਜਾਊਗੀ ਸੋ ਦੇਖਦੇ ਭਾਈ ਇਹ 15 ਜਨਵਰੀ ਦਾ ਫੈਸਲਾ ਜਿਹੜਾ ਉਸ ਦਿਨ ਪਹਿਲੀ ਗੱਲ ਤਾਂ ਕੋਈ ਫੈਸਲਾ ਆਉਂਦਾ ਕਿ ਨਹੀਂ ਆਉਂਦਾ ਤੇ ਜੇਕਰ ਆਉਂਦਾ ਤੇ ਭਾਈ ਉਹਨਾਂ ਦੇ ਹੱਕ ਦੇ ਵਿੱਚ ਆਉਂਦਾ ਜਾਂ ਖਿਲਾਫ ਆਉਂਦਾ ਤੇ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਅੱਜ ਯਾਨੀ ਕਿ 11 ਤਰੀਕ ਨੂੰ ਸੁਖਪਾਲ ਸਿੰਘ ਖੇਰਾ ਦੀ ਜ਼ਮਾਨਤ ਅਰਜ਼ੀ ਨੇ ਉੱਤੇ ਵੀ ਸੁਣਵਾਈ ਹੋਣੀ ਆ ਪਹਿਲਾਂ ਇਹ 9 ਨੂੰ ਹੋਣੀ ਸੀ ਸੁਭਾਨਪੁਰ ਦੇ ਕੇਸ ਦੇ ਮਾਮਲੇ ਦੇ ਵਿੱਚ ਪਰ ਉਸ ਦਿਨ ਪੁਲਿਸ ਦੇ ਵੱਲੋਂ ਰਿਕਾਰਡ ਨਹੀਂ ਸੀ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਤੇ ਇਹ ਉਸ ਦਿਨ ਸੁਣਵਾਈ ਅੱਗੇ ਪਾ ਦਿੱਤੀ ਗਈ ਸੀ 11 ਤਰੀਕ ਦੇ ਲਈ ਅੱਜ 11 ਤਰੀਕ ਨੂੰ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ ਕੱਢੇ ਵੇਲੇ ਤੱਕ ਇਸ ਗੱਲ ਦਾ ਪਤਾ ਲੱਗ ਜਾਊਗਾ ਕਿ ਸੁਣਵਾਈ ਹੋਈ ਆ ਕਿ ਨਹੀਂ ਜੇ ਹੋਈ ਆ ਤਾਂ ਸੁਖਪਾਲ ਖੇਰਾ ਨੂੰ ਜ਼ਮਾਨਤ ਮਿਲੀ ਆ ਕਿ ਨਹੀਂ ਜੇ ਨਹੀਂ ਮਿਲੀ ਤਾਂ ਕਿਹੜੇ ਕਾਰਨਾਂ ਕਰਕੇ ਨਹੀਂ ਮਿਲੀ ਇਹ ਦੁਪਹਿਰ ਤੋਂ ਬਾਅਦ ਤੱਕ ਪਤਾ ਲੱਗ ਜਾਣਾ ਸੋ ਸੁਖਪਾਲ ਸਿੰਘ ਖੇੜਾ ਦੇ ਸਮਰਥਕਾਂ ਨੂੰ ਇਸ ਗੱਲ ਦੀ ਪੂਰੀ ਉਤਸੁਕਤਾ ਕਿ ਮਾਨਯੋਗ ਅਦਾਲਤ ਦੇ ਵੱਲੋਂ ਕੀ ਮਹੱਤਵਪੂਰਨ ਫੈਸਲਾ ਕੀਤਾ ਜਾਂਦਾ ਹੈ ਕਿ ਇਹ ਪੱਖ ਦੇ ਵਿੱਚ ਫੈਸਲਾ ਆਉਂਦਾ ਜਾਂ ਖਿਲਾਫ ਫੈਸਲਾ ਆਉਂਦਾ ਤਿੰਨ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਕਿ ਸੁਖਪਾਲ ਸਿੰਘ ਖੇੜਾ ਆਪਣੇ ਘਰ ਨਹੀਂ ਗਏ ਪਹਿਲਾਂ ਨਾਬੇ ਦੀ ਜੇਲ੍ਹ ਦੇ ਵਿੱਚ ਰਹੇ ਆ ਤੇ ਉਸ ਤੋਂ ਬਾਅਦ ਸੁਬਾਨਪੁਰ ਵਾਲਾ ਕੇਸ ਚੱਲ ਪਿਆ ਤੇ ਐਨਡੀਪੀਐਸ ਦਾ ਪੁਰਾਣਾ ਮਾਮਲਾ ਹੈਗਾ ਉਹਨਾਂ ਦੀ ਚਿੱਟੀ ਦੁੱਧ ਵਰਗੀ ਦਾੜੀ ਉਹਨਾਂ ਦੇ ਚਿਹਰੇ ਦੇ ਉੱਤੇ ਪਈਆਂ ਹੋਗੀਆਂ ਝੁਲੜੀਆਂ ਤੇ ਬਦਲੀ ਹੋਈ ਚਿਹਰੇ ਦੀ ਰੰਗਤ ਆ ਜਿਹੜੇ ਉਹਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਆ ਸੋ ਦੇਖਦੇ ਆ ਉਹ ਕਹਿੰਦੇ ਸੀ ਕਿ ਮੈਂ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਉਸ ਤੋਂ ਬਾਅਦ ਮਕਮਲ ਜਾਣਕਾਰੀ ਦੇਵਾਂਗਾ ਵੀ ਹੋਇਆ ਕੀ ਕੀ ਐ ਤੇ ਕਿਵੇਂ-ਕਿਵੇਂ ਆ ਉਹ ਕੀ ਕੀ ਖੁਲਾਸੇ ਕਰਦੇ ਆ ਕੀ ਕੀ ਜਾਣਕਾਰੀ ਦਿੰਦੇ ਆ ਇਹ ਵੀ ਵਕਤ ਦੇ ਘਰਬੜ ਦੇ ਵਿੱਚ ਲੁਕੀ ਹੋਈ ਗੱਲ ਆ ਸੋ ਇੱਕ ਵਾਰੀ ਜਾਣਕਾਰੀ ਫੇਰ ਦੇਣੀ ਬਣਦੀ ਆ ਕਿ ਭਾਈ ਤੂੰ ਦਾ ਜੜੀ ਉਹਨੇ ਪੂਰਾ ਕਹਿਰ ਟਾਇਆ ਹੋਇਆ ਹਰ ਰੋਜ਼ ਲਗਾਤਾਰ ਪੰਜਾਬ ਦੇ ਵਿੱਚ ਹਾਰਸੇ ਹੋ ਰਹੇ ਆ ਆਓ ਆਪਾਂ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਗੇ ਆਓ ਆਪਾਂ ਆਪਣਿਆਂ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਗੇ ਸਾਡੇ ਵੱਲੋਂ ਵਰਤੀ ਗਈ ਇੱਕ ਨਿੱਕੀ ਜਿਹੀ ਅਣਗਹਿਲੀ ਆਪਣੇ ਘਰ ਦੇ ਵਿੱਚ ਵੀ ਦੀਵਾ ਹਮੇਸ਼ਾ ਵਾਸਤੇ ਬੁਝਾ ਸਕਦੀ ਹੈ ਤੇ ਦੂਜੇ ਦੇ ਘਰ ਦੇ ਵਿੱਚ ਵੀ ਇਸ ਕਰਕੇ ਆਪਣੀ ਜ਼ਿੰਦਗੀ ਜਿੰਨੀ ਦੂਜੇ ਦੀ ਜ਼ਿੰਦਗੀ ਦੀ ਕੀਮਤ ਸਮਝ ਗਏ ਸਮੇਂ ਦੀ ਬਹੁਤ ਵੱਡੀ ਲੋੜ ਹੈ ਜਾਣਕਾਰੀਆਂ ਕੁਝ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ